तस्वीरां हरगोबिंदपुर के पिंड मंडदियां ने जिथे एक जापान तो नौजवान अपने खेतों के लैंड कर रहा है। गुरपेज सिंह नां दे नौजवान दे पिता का सुपना सी कि उसके बच्चे जहाजा दे विच सफर करन। तां उस एक दिन उसके पिता दे वल्लों इन्हां खेतों के खड़ के गल आखी गई सी कि उसके बच्चे भी इन्हां जहाजा दे विच सफर करनगे। तां उस तों बाद गुरपेज ने इस गल नूं अपने पल्ले दे नाल बन्ह लिया ते जापान जाके सख्त मेहनत की ते उत्थे इक चंगे कारोबारी वजो उभरिया। तो उस तो बाद गुरपेज ने जो जापान तो अपने पिंड आना सी तां दिल्ली आके वह हैलीकॉप्टर के राही अपने खेतों के लैंड किया, जिस तो बाद इस हल्के गुरपेज के इस लैंड करन की चर्चा है। तो उसका हैलीकॉप्टर उसके पिंड दे विच लैंड करता है ते उन्हां खेतों के ही लैंड करता जिथे उसके पिता के वलों यह सुपना लिया गया सी। ਵੀ ਪੂਰਾ ਕਰਨਾ ਹੌਲੀ ਹੌਲੀ ਕੰਮ ਕਰਦੇ ਨਾਲ ਹੌਲੀ ਹੌਲੀ ਉਹ ਹੋ ਗਿਆ ਅਤੇ ਇਹ ਬੋਲਣ 'ਚ ਮੇਰੇ ਕੋਲ ਸ਼ਾਇਦ ਨਹੀਂ ਕਿਹਾ ਜਾਣਾ, ਮੈਂ ਕਿਹਾ ਗਾਣੇ ਰਾਹੀਂ ਜ਼ਰੂਰ ਦੱਸ ਸਕਦਾ ਤੁਹਾਨੂੰ ਵੀ ਇਹ ਕੀ ਕਹਾਣੀ ਹੈ। ਉਹ ਜਦੋਂ ਜੱਟ ਪਿੰਡ ਆਉਂਦਾ ਡੀਸੀ ਗੇੜੇ ਮਾਰਦਾ, ਓਏ ਉਹ ਆਏ ਸਾਲ ਜਹਾਜ ਪੈਲੀਆਂ 'ਚ ਤਾਰਦਾ। ਉਹ ਜਦੋਂ ਜੱਟ ਪਿੰਡ ਆਉਂਦਾ ਡੀਸੀ ਗੇੜੇ ਮਾਰਦਾ, ਉਹ ਆਏ ਸਾਲ ਜਹਾਜ ਪੈਲੀਆਂ 'ਚ ਤਾਰਦਾ। ਓਏ ਕੋਠੇ ਜਿੱਡੀ ਹੁੰਦੀ ਥੱਲੇ ਗੱਡੀ ਸੋਹਣੀ ਏ, ਓਏ ਕੋਠੇ ਜਿੱਡੀ ਹੁੰਦੀ ਥੱਲੇ ਗੱਡੀ ਸੋਹਣੀ ਏ, ਉਹਦੇ ਬਿਨਾ ਬਣਦਾ ਮਾਹੌਲ ਥੋੜੀ ਆ। ਓਏ ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਓਏ ਅੱਜ ਬਾਪੂ ਬੈਠਾ ਹੁੰਦਾ ਕਿਤੇ ਮੋਟਰ 'ਤੇ, ਅੱਜ ਉਹ ਕਿਤੇ ਬਾਪੂ ਬੈਠਾ ਹੁੰਦਾ ਅੱਜ ਮੋਟਰ 'ਤੇ ਕਿਤੇ, ਉਹ ਗੇਠ ਲੰਮਾ ਗੇਠ ਉੱਚਾ ਧਰਤੀ ਤੋਂ ਹੋਣਾ ਸੀ ਗਾ ਉਹਨੇ। ਓਏ ਅੱਜ ਬਾਪੂ ਬੈਠਾ ਹੁੰਦਾ ਕਿਤੇ ਮੋਟਰ ਦੇ ਉੱਤੇ, ਗੇਠ ਉੱਚਾ ਧਰਤੀ ਤੋਂ ਹੋਣਾ ਸੀ ਗਾ ਉਹਨੇ। ਉਹ ਇੱਕ ਦੁੱਖ ਰਹਿਣਾ ਸੱਚੀ ਉਹ ਵੇਖ ਕੇ ਨਹੀਂ ਗਿਆ, ਪਰ ਉਹਦੇ ਜਿਹਾ ਬਣਨਾ ਕੋਈ ਹੋਰ ਥੋੜੀ ਆ। ਓਏ ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਉਸ ਪਿੰਡੋਂ ਗਿਆ ਜਿੱਥੇ ਬੱਸ ਨਹੀਂ ਸੀ ਆਉਂਦੀ, ਉੱਥੇ ਜਹਾਜ ਲੈ ਕੇ ਆਉਣਾ ਕੋਈ ਮਖੌਲ ਥੋੜੀ ਆ। ਅਤੇ ਮੈਂ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦੀ ਮੇਰੇ ਹਸਬੈਂਡ ਦੇ, ਮੈਂ ਉਹੀ ਕਹਿ ਰਹੀ ਕਿ ਹਰ ਕੋਈ ਕਹਿੰਦਾ ਹੈ ਕਿ ਮੇਰੇ ਪਤੀ ਨੇ ਬੜੀ ਮਿਹਨਤ ਕੀਤੀ, ਬੜੀ ਮਿਹਨਤ ਕੀਤੀ। ਮਿਹਨਤ ਸਾਰੇ ਹੀ ਕਰਦੇ ਆ, ਪਰ ਮਿਹਨਤ ਕਰਕੇ ਪੈਸੇ ਨੂੰ ਕਿਸੇ ਜਗ੍ਹਾ ਲਗਾਉਣਾ, ਪੈਸੇ ਨੂੰ ਕਮਾਉਣਾ, ਪੈਸੇ ਨੂੰ ਆਪਣੇ ਪਿੰਡ ਬਾਰੇ ਸੋਚਣਾ, ਪਿੰਡ ਬਾਰੇ ਇਹਨਾਂ ਦਾ ਇੰਨਾ ਕੁ ਜ਼ਿਆਦਾ ਮਤਲਬ ਸਾਡੀ ਸੋਚ ਹੈ ਕਿ ਜਾਪਾਨ 'ਚ ਰਹਿ ਕੇ ਵੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵੀ ਸਿਖਾ ਰਹੇ ਹਾਂ, ਪੰਜਾਬੀ ਨਾਲ ਜੋੜ ਵੀ ਰਹੇ ਹਾਂ। ਬਾਕੀ ਇਹ ਜਿਹੜਾ ਸੁਪਨਾ ਸੀ ਇਹ ਸਾਡੇ ਪਾਪਾ ਜੀ ਦਾ ਸੁਪਨਾ ਸੀਗਾ। ਉਹ ਬਾਦਲ ਸਾਹਿਬ ਆਉਂਦੇ ਹੁੰਦੇ ਸੀ ਅਤੇ ਉਹਨਾਂ ਨੇ ਗੱਲਾਂ ਕਰਨੀਆਂ ਕਿ ਬੇਟਾ ਦੇਖੋ ਬਾਦਲ ਦਾ ਜਹਾਜ਼ ਲੰਘ ਗਿਆ, ਅਤੇ ਇਹਨਾਂ ਨੇ ਮਖੌਲ ਦੀਆਂ ਹਾਸੇ ਦੀਆਂ ਗੱਲਾਂ ਜਿਹੜੀਆਂ ਅੱਜ ਹਕੀਕਤ ਹੋਈਆਂ ਨੇ ਇਹਨਾਂ ਨੇ ਮਖੌਲ 'ਚੋਂ ਕਹੀਆਂ ਹੋਈਆਂ ਗੱਲਾਂ ਕਿ ਪਾਪਾ ਬਾਪੂ ਕਿਸੇ ਦਿਨ ਮੈਂ ਵੀ ਇੱਥੇ ਲੈ ਕੇ ਆਵਾਂਗਾ, ਅਤੇ ਉਹੀ ਅੱਜ ਸੁਪਨਾ ਪੂਰਾ ਹੈ। ਮੈਂ ਸ਼ਬਦ ਹੀ ਨਹੀਂ ਮੇਰੇ ਕੋਲ, ਇਹ ਚੀਜ਼ ਇੰਨੀ ਖੁਸ਼ੀ ਹੈ ਇਸ ਚੀਜ਼ ਦੀ ਕਿ ਵਾਹਿਗੁਰੂ ਪਰਮਾਤਮਾ ਕਰੇ ਕਿ ਇੱਦਾਂ ਹੀ ਅਸੀਂ ਬਸ ਆਏ ਸਾਲ ਹੀ ਹੁੰਦੇ ਰਹੀਏ, ਅਤੇ ਹੋਰ ਵੀ ਸਾਡਾ ਪਿੰਡ ਤਰੱਕੀਆਂ ਕਰੇ, ਸਾਡੇ ਪਿੰਡ ਦਾ ਨਾਂ ਜਿੱਦਾਂ ਕਹਿੰਦੇ ਨਾ ਪਿੰਡ ਦਾ ਨਾਂ ਰੋਸ਼ਨ ਕਰਨ ਲਈ ਇੱਕ ਹੀ ਹੁੰਦਾ ਆ, ਅਤੇ ਇਸੇ ਤਰ੍ਹਾਂ ਹੌਲੀ ਹੌਲੀ ਕੋਈ ਗੱਲ ਨਹੀਂ ਲੱਗੇ ਹੋਏ ਹਾਂ, ਅਤੇ ਪਰਮਾਤਮਾ ਕਰੇ ਇਸੇ ਤਰ੍ਹਾਂ ਸਾਡੇ ਹੋਰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ, ਅਤੇ ਇਸੇ ਤਰ੍ਹਾਂ ਪਿੰਡ ਦਾ ਨਾਂ ਰੋਸ਼ਨ ਕਰਦੇ ਰਹੀਏ, ਅਤੇ ਪਿੰਡ ਨੂੰ ਗੂਗਲ ਦੇ ਵਿੱਚ ਸਾਨੂੰ ਕਿਸੇ ਨੂੰ ਦੱਸਣਾ ਨਾ ਪਵੇ ਕਿ ਮੰਡ ਪਿੰਡ ਹੈ, ਗੂਗਲ ਚੈੱਕ ਕਰੋ ਅਤੇ ਪਤਾ ਲੱਗੇ ਕਿ ਮੰਡ ਹੈ, ਮੰਡ ਵੀ ਕੋਈ ਨਹੀਂ ਅਤੇ ਮੰਡ ਨੂੰ ਕੋਈ ਨਹੀਂ ਜਾਣਦਾ।